ਅਸਲਾਮੁਆਲਿਕ ਸੱਜਣੋ ਕੀ ਹਾਲ ਚਾਲ ਹੈ ਉਮੀਦ ਕਰਨਾ ਹੈ ਕਿ ਤੁਸੀਂ ਸਾਰੇ ਦੋਸਤ ਠੀਕ ਠਾਕ ਹੋ ਸਨ ਖੈਰ ਆਫੀਅਤ ਨਾਲ ਹੋ ਸੋ ਤੇ ਅੱਜ ਅਸੀਂ ਜਨਾਬ ਪਾਕਿਸਤਾਨ ਦੇ ਲੇਜੈਂਡ ਫਨਕਾਰ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਟਾਈਮ ਉਹ ਹਸਤੀ ਮੌਜੂਦ ਹੈ ਜਿਨ੍ਹਾਂ ਨੇ ਤਾਲਬ हुसैन दर्द ਨੂੰ ਬਹੁਤ ਨਜ਼ਦੀਕ ਚਾ ਕੇ ਜਾਣਿਆ ਔਰ ਸੁਣਿਆ ਔਰ ਉਹਨਾਂ ਦੇ ਗੀਤ ਕਾਫੀ ਸਾਰੇ ਰਿਕਾਰਡ ਕੀਤੇ ਅਗਰ ਬਾਤ ਕੀਤੀ ਜਾਏ ਫਰੀਦੀ ਕੇਸਟ ਹਾਊਸ ਮਲਤਾਨ ਦੀ ਤੇ ਉੱਥੇ ਤਾਲਬ हुसैन दर्द ਨੇ ਜਾ ਕੇ ਬਹੁਤ ਸਾਰੇ ਵੋਲਿਊਮ ਰਿਕਾਰਡ ਕੀਤੇ ਜਿਨ੍ਹਾਂ ਦੇ ਉਸ ਟਾਈਮ ਚੀਫ ਆਰਗੇਨਾਈਜ਼ਰ ਫਰੀਦ ਕੇਸਟ ਹਾਊਸ ਦੇ ਮੂਮਨ ਹਾਸ਼ਮੀ ਸਨ ਉਹਨਾਂ ਨੇ ਜਿੰਨਾ ਬਹੁਤ ਸਾਰੇ ਉਹਨਾਂ ਦੇ ਗੀਤ ਰਿਕਾਰਡ ਕੀਤੇ ਔਰ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕਲਾਮ ਨੂੰ ਵੀ ਬਹੁਤ ਜ਼ਿਆਦਾ ਪذیرਾਈ حاصل ਹੋਈ ਮੂਮਨ ਹਾਸ਼ਮੀ ਇੱਕ ਪਾਕਿਸਤਾਨ ਦਾ ਸਰਖੇਲ ਨਾਮ ਵੀ ਰਿਹਾ ਕੇਸਟ ਦੌਰ ਦੇ ਵਿੱਚ ਉਹਨਾਂ ਨੇ ਆਪਣੇ ਕੇਸਟ ਦੀ ਦੁਨੀਆ ਦੇ ਵਿੱਚ ਬਹੁਤ ਸਾਰਾ ਉਰੂਜ ਉਰੂਜ ਵੀ ਵੇਖਿਆ ਔਰ ਜ਼ਵਾਲ ਨੂੰ ਵੀ ਉਹਨਾਂ ਵੇਖਿਆ ਅੱਜ ਅਸੀਂ ਉਹਨਾਂ ਦੇ ਨਾਲ ਮੌਜੂਦ ਹਾਂ ਪਾਕਿਸਤਾਨ ਦੀ ਧਰਤੀ ਦੇ ਕਾਫੀ ਸਾਰੇ ਕਲਾਕਾਰਾਂ ਨੂੰ ਉਹਨਾਂ ਨੇ ਰਿਕਾਰਡ ਕੀਤਾ ਜਿਸ ਦੇ ਵਿੱਚ ਤਾਲਬ ਹੁਸੈਨ ਦਰਦ मंसूर ਮਲੰਗੀ ਆਸਿਫ ਸ਼ਹਜ਼ਾਦਾ ਔਰ ਸਲੀਮ ਅਖਤਰ ਸਲੀਮੀ ਸਾਹਿਬ ਔਰ ਬਹੁਤ ਸਾਰੇ ਫਨਕਾਰ ਜਿਹੜੇ ਕਿ ਇਸ ਦੁਨੀਆ ਤੂਫਾਨੀ ਤੂ ਕੂਚ ਕਰ ਗਏ ਨੇ ਉਹਨਾਂ ਨੂੰ ਉਹਨਾਂ ਨੇ ਬਹੁਤ ਨੇੜੇ ਹੋ ਕੇ ਵੇਖਿਆ ਔਰ ਸੁਣਿਆ ਔਰ ਉਹਨਾਂ ਦਾ ਜ਼ਵਾਲ ਵੀ ਵੇਖਿਆ ਔਰ ਅਰੂਜ ਵੀ ਵੇਖਿਆ ਅੱਜ ਸਾਡੇ ਨਾਲ ਉਹ عظیم ਹਸਤੀ ਮੌਜੂਦ ਹਨ ਜਿਨ੍ਹਾਂ ਦੇ ਪੰਜਾਬੀ ਬ੍ਰਾਡਕਾਸਟਰ ਦੇ ਵਿੱਚ ਇੱਕ ਖੇਲ ਨਾਮ ਰਿਆ ਉਹਨਾਂ ਨੇ ਸਰਗੋਦਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਪਜ਼ੀਰਾਈ ਹਾਸਲ ਕੀਤੀ ਅਗਰ ਸਰਗੋਦੇ ਦੇ ਵਿੱਚ ਇਹੋ ਜੇ ਚਾਨ ਮੌਜੂਦ ਹੋਵਣ ਤੇ ਸਰਗੋਦੇ ਨੂੰ ਚਾਰ ਚੰਨ ਲੱਗ ਜਾਂਦੇ ਨੇ ਚਨੀਓੜ ਤੂ ਤਲਕ ਰੱਖਣ ਵਾਲੇ ਆਬਦ ਤਮੀਮੀ ਸਾਹਿਬ ਔਰ ਇਹਦੇ شاਗਿਰਦ ਦੇ ਖਾਸ ਜਨਾਬ ਮੁਮਨ ਹਾਸ਼ਮੀ ਸਾਹਿਬ ਸਾਡੇ ਨਾਲ ਇਸ ਟਾਈਮ ਮੌਜੂਦ ਹਨ ਉਹਨਾਂ ਕੋਲ ਪੁੱਛਾਂਗੇ ਕਿ ਕਿਸ ਤਰ੍ਹਾਂ ਤੁਸੀਂ ਸਾਲਬ ਹੁਸੈਨ ਦਰਦ ਦੀ ਜ਼ਿੰਦਗੀ ਦੇ ਬਾਰੇ ਕੁਝ ਵਾਕਿਆਤ ਤੁਹਾਡੇ ਦੋਸਤਾਂ ਨਾਲ ਸ਼ੇਅਰ ਕਰਾਂ। ਤੁਹਾਡੇ ਤੱਕ ਅਜ ਪੁਰਾਣੀਆਂ ਗੱਲਾਂ ਪੁੰਚਾਵਾਗੇ ਤਾਂ ਕਿ ਇੱਕ ਆਉਣ ਵਾਲੀ ਯੰਗ ਜਨਰੇਸ਼ਨ ਨੂੰ ਪਤਾ ਚੱਲ ਸਕੇ ਕਿ ਸਾਡੇ ਲੇਜੈਂਡ ਜਿਹੜੇ ਫਨਕਾਰ ਹੈ ਸਨ ਉਹ ਕਿਸ ਤਰ੍ਹਾਂ ਆਪਣੀ ਮਿਹਨਤ ਕਰਦੇ ਸਨ ਔਰ ਕਿਸ ਤਰ੍ਹਾਂ 66 ਰਿਕਾਰਡ ਕਰਦੇ ਸਨ। 66 ਰਿਕਾਰਡਿੰਗ ਦੇ ਵਿੱਚ ਬਹੁਤ ਸਾਰੇ ਮਸਲੇ ਮਸੈਲ, ਦੁਸ਼ਵਾਰੀਆਂ ਪੇਸ਼ ਹੁੰਦੀਆਂ ਸਨ। ਇਸ ਟਾਈਮ ਸਾਡੇ ਨਾਲ ਮੌਜੂਦ ਹਨ ਜਨਾਬ ਪੰਜਾਬ ਧਰਤੀ ਦੇ ਸ਼ਹਿਰ ਮੋਮਨ ਹਾਸ਼ਮੀ ਸਾਹਿਬ ਫਰੀਦੀ 66 ਹਾਊਸ ਮਲਤਾਨ ਦੇ ਚੀਫ ਆਰਗੇਨਾਈਜ਼ਰ ਔਰ ਅਸੀਂ ਦੁਆ ਕਰਨਾ ਹੈ ਕਿ ਅੱਲਾ ਪਾਕ ਇਹਨਾਂ ਦੀ ਉਮਰ ਦਰਾਜ਼ ਕਰੇ ਆਓ ਸਜਣੋ ਅਸੀਂ ਇਹਨਾਂ ਦੇ ਕੋਲੋਂ ਜਾਣਨੇ ਆ ਕਿ ਤਾਲਬ ਹੁਸੈਨ ਦਰਦ ਮਰਹੂਮ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਦੀ ਜ਼ਿੰਦਗੀ ਤੇ ਕੁਝ ਰੋਸ਼ਨੀ ਪਾਣ ਤਾਂ ਕਿ ਸਾਨੂੰ ਪਤਾ ਚੱਲੇ ਕਿ ਤਾਲਬ ਹੁਸੈਨ ਦਰਦ ਇੱਕ ਕਿਹਦਾ ਫਨਕਾਰ ਹੈ ਸੀ ਸਾਡੇ ਨਾਲ ਇਸ ਟਾਈਮ ਮੌਜੂਦ ਹਨ ਜਨਾਬ ਪਾਕਿਸਤਾਨ ਧਰਤੀ ਦੇ ਬਹੁਤ ਅੱਛੇ ਸ਼ਾਇਰ ਜਨਾਬ ਮੁਮਨ ਹਾਸ਼ਮੀ ਸਾਹਿਬ ਅਸਲਾਮੁਅਲੈਕੁਮ ਮੁਮਨ ਹਾਸ਼ਮੀ ਸਾਹਿਬ ਜੀ ਵਾਲੇਕੁਮ ਅਸਲਾਮ ਅਰ ਮੁਹੱਬਤਾਂ ਫੈਸਲ ਬੇਟਾ ਕਿ ਤੁਸੀਂ ਇਤਨੇ ਮਸਰੂਫ ਵੇਲੇ ਦੇ ਵਿੱਚੋਂ ਵੇਲਾ ਕੱਢ ਕੇ ਇਸ ਫਕੀਰ ਨੂੰ ਰੌਣਕ ਬਖਸ਼ੀ ਪੰਜਾਬੀ ਜ਼ਬਾਨ ਉਹ ਅਦਬ ਦੇ ਕਲਾਕਾਰਾਂ ਦਾ ਸ਼ਰਾਇ ਕਰਮ ਦਾ ਔਰ ਪੰਜਾਬੀ ਖਿਦਮਤਗਾਰਾਂ ਦਾ ਜ਼ਿਕਰ ਕੀਤਾ ਜਾਵੇ ਤੇ ਉਸ ਵਿੱਚੋਂ ਅਗਰ ਤਾਲਬ ਹਸਨ ਦਰਦ ਦਾ ਨਾਂ ਲਿਸਟ ਚ ਕੱਢ ਲਿਆ ਜਾਏ ਤੇ ਉਹ ਲਿਸਟ ਨਾ ਮੁਕੰਮਲ ਬਲਕਿ ਲਿਸਟ ਖਤਮ ਹੋ ਜਾਏਗੀ ਤਾਲਬ ਹਸਨ ਦਰਦ ਮੇਰੇ ਮਾਨ ਦੀ ਬਾਤ ਹੈ ਕਿ ਤਾਲਬ ਹਸਨ ਨਾਲ ਮੇਰੀ ਬਹੁਤ ਹੀ अच्छी दोस्ती और खान साहब ਦੇ ਵਿੱਚ ਇੱਕ ਜਿਹੜੀ ਨਵੇਕਲਤਾ ਜਿਹੜੀ ਖੂਬਸੂਰਤੀ ਆਈ ਉਹਨਾਂ ਦੇ مزاج ਵਿੱਚ ਕਿ ਉਹ ਬੜੀ ਮੁਹੱਬਤ ਨਾਲ ਸ਼ੁਰਾ ਇਕਰਾਮ ਨਾਲ ਪੇਸ਼ ਹੁੰਦੇ ਹੁੰਦੇ ਆ ਸ਼ੁਰਾ ਤੋਂ ਹਟ ਕੇ ਕਿਉਂਕਿ ਮੇਰਾ ਰਿਕਾਰਡਿੰਗ ਕੰਪਨੀ ਦੇ ਨਾਲ ਤੱਲਕ ਸੀ ਖਾਨ ਸਾਹਿਬ ਸਾਡੇ ਕੋਲ ਜਾਂਦੇ ਹੁੰਦੇ ਸਨ ਮਲਤਾਨ ਰਿਕਾਰਡਿੰਗ ਵਾਸਤੇ ਅਰ ਖਾਨ ਸਾਹਿਬ ਦੇ ਕੋਈ ਜ਼ਾਤੀ ਨiyet ਦੇ ਸਵਾਲਾਂ ਦੀ ਗੱਲ ਕਰ ਕੀਤੀ ਜਾਏ ਤਾਂ ਖਾਨ ਸਾਹਿਬ ਦੇ ਬਾਲਤ ਦਾ ਨਾਮ ਮੀਆਂ ਲਾਲ ਸੀ ਮੀਆਂ ਲਾਲ ਦੇ ਘਰ ਜੰਮਣ ਵਾਲਾ ਇੱਕ ਬਾਲ ਜਿਸ ਦਾ ਨਾਮ ਤਾਲਬ ਸਹਨਾਈ ਉਸ ਨੂੰ ਬਚਪਨ ਲਾ ਤੋਂ ਨਾਤ ਪੜਨ ਦਾ ਬੜਾ ਸ਼ੌਕ ਸੀ ਜੀ ਔਰ ਮੇਰੀ ਜਾਣਕਾਰੀ ਬਾਬਤ ਖਾਨ ਸਾਹਿਬ ਦੀ ਫੈਮਿਲੀ ਦੇ ਵਿੱਚ ਪਹਿਲੇ ਕੋਈ ਸ਼ਖਸ ਗਾਇਕੀ ਵਾਲੇ ਪਾਸੇ ਮੁਹਾੜ ਨਹੀਂ ਸੀ ਉਸ ਦਾ ਅੱਛਾ ਉਹਨਾਂ ਦੀ ਫੈਮਿਲੀ ਦੇ ਵਿੱਚ ਪਹਿਲਾ ਅਗਰ ਕੋ ਕਲਾਕਾਰ ਹੋਇਆ ਤਾਂ ਤਾਲਬ ਸਹਨ ਤਾਲਬ ਸਹਨਦਰਦ ਹੋਇਆ ਜਮਾਨਾ ਤਾਲਬ ਇਲਮੀ ਤੋਂ ਹੀ ਖਾਨ ਸਾਹਿਬ ਨਾਤ ਪੜ੍ਹਦੇ ਦਿੰਦੇ ਸਨ ਔਰ ਜਿਹੜੇ ਉਹਨਾਂ ਦੇ ਉਸਤਾਦ ਸਨ ਉਹਨਾਂ ਦੀ ਸਲਾਹਕਾਰੀ ਦੇ ਨਾਲ ਖਾਨ ਸਾਹਿਬ ਨੇ ਹਲਕਾ ਹਲਕਾ ਗਾਣਾ ਸ਼ੁਰੂ ਕਰ ਦਿੱਤਾ ਜੀ ਫਿਰ ਉਸਤਾਦ ਨਜ਼ਰ ਢੋਖੜੀ ਵਾਲੇ ਦੀ ਸ਼ਾਗਿਰਦੀ ਇਖਤਿਆਰ ਕੀਤੀ ਉਹਨਾਂ ਦੇ ਕੋਲੋਂ ਉਹਨਾਂ ਬਹੁਤ ਕੁਝ ਸਿੱਖਿਆ ਬਹੁਤ ਕੁਝ ਉਸਤਾਦ ਰਿਵੀਆ ਕਮਾਲ ਔਰ ਸ਼ਾਗਿਰਦ ਵੀ ਦੇ ਮਿਸਾਲ ਫਿਰ ਕਲਾਸੀਕਲ ਰਾਗ ਉਚੇਚਾ ਸਿੱਖਣ ਵਾਸਤੇ ਜਿਹੜੇ ਸਾਡੇ ਕਲਾਸੀਕਲ ਘਰਾਣੇ ਦੇ ਲੋਕਨ ਉਸਤਾਦ ਸਲਾਮਤ ਅਲੀ ਹੋਰਾਂ ਦੇ ਜਾ ਕੇ ਬਾਕਾਇਦਾ ਪ੍ਰਾਪਰ ਉਹਨਾਂ ਸ਼ਾਗਿਰਦੀ ਇਖਤਿਆਰ ਕੀਤੀ ਜਿਨ੍ਹਾਂ ਕੋਲ ਉਹਨਾਂ ਠੰਬਰੀ ਰਾਗ ਰਾਰਗ ਭਰਵੀ ਜਿਹੜਾ ਹੈ ਉਚੇਚਤਾ ਦੇ ਨਾਲ ਉਹਨਾਂ ਅਦਾਇਗੀ ਰਾਗ ਰੰਗ ਜਿਹੜਾ ਹੈ ਉਹ ਖਾਂ ਸਾਹਿਬ ਲੋਕਾਂ ਕੋਲੋਂ ਉਸਤਾਦ ਸਲਾਮਤ ਅਲੀ ਖਾਨ ਹੋਰਾਂ